ਓਏ ਕਮਾਨ ਆ ਸਿੱਧਾ ਲੈ ਕੇ ਆ ਕਮਾਨ ਦਾ ਘਰ ਖੁੱਲਦਾ ਸਾਲਾ ਇੰਜਣ ਖੁੱਲਦਾ ਇੰਜਣ ਠੀਕ ਆ ਪੈਪ ਜਿਹਾ ਟੁੱਟਿਆ ਪਿਆ ਜਿਵੇਂ ਇੱਥੋਂ ਹਵਾ ਹੂਵਾ ਜੀ ਲਈ ਜਾਂਦਾ ਦਾ ਇਹ ਸਾਲੇ ਓ ਇੱਕ ਵਾਰੀ ਡੁੱਬ ਗਿਆ ਨਾ ਨਹੀਂ ਓਏ ਚੱਕ ਲੈ ਚੱਕ ਲੈ ਚੱਕ ਲੈ ਬਾਈ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਇਨ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਚੱਲੀਏ ਜਿਮ ਨੂੰ ਚੱਲੀਏ ਸਭ ਤੋਂ ਪਹਿਲਾਂ ਓਏ ਤੂੰ ਕੌਣ ਫਿਰਦਾ ਆ ਕਿਹੜਾ ਆ ਗਿਆ ਆਇਆ 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 ਇਹ ਕਹਿੰਦੇ ਕੁੱਤੇ ਆ ਨਾ ਜਿਹੜੇ ਮਾਲਕ ਨਹੀਂ ਦੇਖਦੇ ਓਏ 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 ਇਹ ਤਾਂ ਸਾਲਾ ਜ਼ਿਆਦਾ ਹੀ ਕਰਨ ਲੱਗ ਗਿਆ ਓਏ ਉਹ ਸਾਲਿਆ ਇੰਨਾ ਥੋੜ੍ਹੀ ਕਿਹਾ ਤੈਨੂੰ ਆਇਆ ਕੋਲ ਨੂੰ ਊਂ ਆ ਜਾ ਓਏ ਬਾਈ ਆਇਆ ਤੈਨੂੰ ਜਿੰਮ ਲੈ ਕੇ ਚੱਲੀਏ ਇਹਦਾ ਜ਼ਿਆਦਾ ਹੀ ਕਰਨ ਲੱਗ ਜਾਂਦਾ ਏ ਉਹ ਸਾਲਿਆ ਉਹ ਤੇਰੀ ਓਏ ਸਾਲਾ ਜ਼ਿਆਦਾ ਲੱਗ ਜਾਂਦਾ ਕਰਨ ਗੈਲਾ ਹਾਂ ਸਵੇਰੇ ਸਵੇਰੇ ਜਾਈਦਾ ਬਾਈ ਐਕਟਿਵਾ ਪਰ ਮੱਲਾ ਦੇ ਵਿੱਚ ਸੜੀ ਹਵਾ ਵੀ ਨਹੀਂ ਹੈਗੀ ਹਵਾ ਤਾਂ ਹੈ ਨਹੀਂ ਹੈ ਚਾਵਾ ਪਰ ਹਵਾ ਤਾਂ ਹੈ ਨਹੀਂ ਹਵਾ ਪਰ ਸਵੇਰੇ ਸਵੇਰੇ ਤੈਨੂੰ ਪਤਾ ਬੁਲਟ ਚੱਲਦਾ ਨਹੀਂ ਹੈਗਾ ਯਾਰ ਸਕੂਟਰੀ ਜਾਂ ਸਾਇਲੈਂਟ ਜੀ ਹੈ ਮਾਰੋ ਕਿੱਕ ਪਹੁੰਚ ਜਾਓ ਜਿੱਥੇ ਮਰਜ਼ੀ ਲਾਇਆ ਤੇਰੀ ਅੱਧੀ ਜਿੰਮ ਤਾਂ ਇੱਥੇ ਹੀ ਲਵਾਤੀ ਹੁਣ ਪੰਮੇ ਨੂੰ ਫੀਸ ਦੇਣ ਦੀ ਲੋੜ ਹੀ ਨਹੀਂ ਹੈਗੀ ਹੋਰ ਕਿ ਯਾਰ ਡੇਲੀ ਪੰਪ ਮਾਰ ਲਏ ਕਦੀ ਉਹਦੇ ਟਾਇਰ 'ਚ ਹਵਾ ਘਟਾ ਲਈ ਕਦੇ ਇਹਦੇ ਕਦੇ ਬੁਲਟ ਦੇ 'ਚ ਚਲੋ ਜੀ ਹੋ ਗਈ ਜਿੰਮ ਦੀ ਐਕਸਰਸਾਈਜ਼ ਹਾਂ ਹੁਣ ਕਿਆ ਖੜਾ ਦੇਖਦਾ ਚੱਲ ਮਾਰ ਸੈਲਫ ਮਾਰ ਆ ਜਾ ਅਤੇ ਬਾਈ ਸਵੇਰੇ ਜਿੰਮ ਦਾ ਮੈਂ ਤੁਹਾਨੂੰ ਦੱਸਦਾ ਕਿਆ ਮੇਨ ਰੀਜ਼ਨ ਕਿਆ ਹੈ ਬੈਨੀਫਿਟ ਕਿਆ ਹੈ ਸਵੇਰੇ ਜਿੰਮ ਦਾ ਵੀ ਜਿਹੜੀ ਆ ਦੇਖੋ ਹੁਣ ਆਪਾਂ ਜਾ ਰਹੇ ਹਾਂ ਠੀਕ ਹੈ ਪਹੀ 'ਚ ਨੂੰ ਜਾ ਰਹੇ ਹਾਂ ਇੱਥੇ ਕੋਈ ਪੋਲਿਊਸ਼ਨ ਵਾਲੀ ਹਵਾ ਤਾਂ ਨਹੀਂ ਹੈਗੀ ਵੀ ਘੱਟੋ ਘੱਟ ਚੱਲ ਸਵੇਰ ਨੂੰ ਪੋਲਿਊਸ਼ਨ ਵਾਲੀ ਹਵਾ ਮਿਲਦੀ ਨਹੀਂ ਹੈਗੀ ਠੀਕ ਹੈ ਐਂ ਵੀ ਸਾਫ਼ ਹਵਾ ਮਿਲਦੀ ਹੈ ਜਿੰਮ ਲਾਓ ਸਾਫ਼ ਹਵਾ ਵੀ ਜਿੰਮ ਲਾਉਣ ਚੱਲੇ ਹਾਂ ਪਾਦਮਾ ਪਾਦਮਾ ਲੈ ਲਾ ਤਾਂ ਸਹੀ ਆ ਚੱਕ ਲਾ ਚੱਲ ਇੱਕ ਲਾ ਕੇ ਦੇਖ ਇੱਕ ਤੇ ਮਿੱਤਰੋ ਹੁਣ ਆਪਣੀ ਸੂਈ ਲੱਗਣੇ ਵਾਲੀ ਹੈ 3K ਦੇ ਕੋਲ ਹਨਾ ਮਤਲਬ ਕਿ ਹੁਣ ਛੇਤੀ ਛੇਤੀ ਮੇਰਾ ਵੀਰ 3K ਕਰੋਸ ਕਰਵਾ ਦਿਓ ਠੀਕ ਹੈ ਫਿਰ ਕੇਕ ਕੂਕ ਕੱਟੀਏ ਠੀਕ ਹੈ ਬਾਕੀ ਹੁਣ ਆਪਾਂ ਚੱਲੇ ਹਾਂ ਮਾੜਾ ਜ਼ਿਆਦਾ ਬੁੱਟ ਦਾ ਕੰਮ ਕਰਵਾਉਣ ਲੱਗਦਾ ਨਾ ਕਾਰਪੋਰੇਟਰ ਦੇ ਵਿੱਚ ਪ੍ਰੋਬਲਮ ਹੈ ਜਾਂ ਫਲੱਗ ਵਲੁੱਗ 'ਚ ਪ੍ਰੋਬਲਮ ਹੈ ਹਜੇ ਤੱਕ ਸੈੱਟ ਨਹੀਂ ਹੋਇਆ ਛਿੱਕਾਂ ਜਿਹਾ ਮਾਰਦਾ ਏ ਬਾਕੀ ਆਹ ਵੀ ਦੇਖਦੇ ਹਾਂ ਟੇਪ ਦਾ ਕਿਆ ਕਰੀਏ ਹਨਾ ਚੱਲਦੇ ਹਾਂ ਬਾਈ ਫਿਰ ਹਨਾ ਜਿਹੜੇ ਹਿਸਾਬ ਦੀ ਅੱਜ ਧੁੱਪ ਪੈ ਰਹੀ ਹੈ ਮੱਲਾ ਤਾਂ ਸਾਲੇ ਹੱਥਾਂ ਪੈਰ ਮੇਰੇ ਕਾਲੇ ਹੋਏ ਨੇ ਤੂੰ ਤਾਂ ਪਾਇਆ ਪੂਰੀ ਬਾਦੀ ਨਾ ਮੈਂ ਸਾਲਾ ਮੂੰਹ ਪਰ ਕੱਪੜਾ ਕੁੱਪੜਾ ਲਿਆ ਹੱਥ ਪੈਰ ਤਾਂ ਪੱਕੇ ਕਾਲੇ ਹੈ ਬਾਕੀ ਚਲੋ ਕੋਈ ਨਹੀਂ ਪਹਿਲਾਂ ਕਿਹੜਾ ਬਹੁਤ ਚਿੱਟੇ ਹੈ ਵੀ ਜਿਹੜੇ ਕਾਲੇ ਹੋ ਜੂੰਗੇ ਠੀਕ ਹੈ ਕੋਈ ਚੱਕਰ ਨਹੀਂ ਇੱਥੇ ਤੇ ਮਾਰਦਾ ਛਿੱਕ ਪਤਾ ਨਹੀਂ ਇਹ 'ਚ ਪ੍ਰੋਬਲਮ ਹੈ ਅੱਛਾ ਪੈਪ ਕਰਕੇ ਇਹ ਇੱਥੇ ਦਾ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਰਾਹ ਕਰ ਦਿਓ ਚੇਂਜ ਇਹ ਖੁੱਲਦੀ ਹੈ ਨਾ ਜਦ ਰੇਸ ਦਿੰਦੇ ਹਾਂ ਇਹਦੇ ਕਰਕੇ ਹੁਣ ਨਟ ਰੱਖਿਆ ਸਾਰੀ ਪ੍ਰੋਬਲਮ ਬਾਈ ਇਹਦੇ ਕਰਕੇ ਸੀ ਠੀਕ ਆ ਪੈਪ ਜਿਹਾ ਟੁੱਟਿਆ ਪਿਆ ਜਿਵੇਂ ਇੱਥੋਂ ਹਵਾ ਹੁਵਾ ਜੀ ਲਈ ਜਾਂਦਾ ਤਾ ਇਹ ਬਾਕੀ ਇਹਦੀ ਇੱਕ ਉਹਦੀ ਆਪਣੀ ਮੀਟਰ ਵਾਲੀ ਤਾਰ ਵੀ ਪਾਉਣੀ ਹੈ ਉਹ ਠੱਕ ਲਿਆ ਨਾ ਲਓ ਜੀ ਮਿੱਤਰੋ ਕਹਿੰਦੇ ਫੇਰ ਆ ਕੇ ਫਲਾਈ ਓਵਰ ਥੱਲੇ ਦੇਖੀਏ ਫਿਰ ਬਾਈ
ਸਿੱਧਾ ਜਾ ਦੇ ਫੇਰ ਦੇਖਦੇ ਇੱਕ ਵਾਰ ਬਾਈ ਮੈਂ ਤੁਹਾਨੂੰ ਦੱਸਦਾ ਜਿਹੜਾ ਸੀ ਇਹ ਪੈਪ ਜਿਹਾ ਪਵਾਇਆ ਹੈ ਨਾ ਇਹਨੇ ਸਾਡੇ ਤੇ ਡਬਲ ਪੈਸੇ ਲੈ ਹਨਾ ਅਸੀਂ ਦੂਜੀ ਦੁਕਾਨ ਤੇ ਪੁੱਛਿਆ ਵੀ ਉਹਦਾ ਕਿਆ ਤਾ ਮਤਲਬ ਕਿ ਅੱਧ ਤੇ ਵੀ ਅੱਧੇ ਤਾ ਚੱਲ ਕੋਈ ਨੀ ਹੁਣ ਪਵਾ ਲਿਆ ਹੁਣ ਖਲਵਾਣ ਜੋਗੇ ਤਾਂ ਰਹੇ ਹਨਾ ਖਲਵਾਣ ਜੋਗੇ ਤਾਂ ਰਹੇ ਨੀ ਕੋਈ ਨਾ ਬੜਕ ਸੁਣੋ ਬੜਕ ਭਰਾ ਬਾਕੀ ਬੜਕ ਨੇ ਸਵਾਦ ਲਿਆਉਣ ਦਾ ਫਲਾਈ ਓਵਰ ਥੱਲੇ ਪੂਰੇ ਪੁਲਿਸ ਖੜੀ ਹੁੰਦੀ ਹੈ ਦੌਰ ਨਾਲ ਜਾਣਾ ਪੈਣਾ ਮੜਿਆ ਹਨਾ ਇੱਥੇ ਪੁਲਿਸ ਚੌਂਕੀ ਦਾ ਪਿੱਛੇ ਲੰਘੀ ਲੋ ਜੀ ਮਿੱਤਰੋ ਕਹਿੰਦੇ ਗਰਮੀ ਬਾਹਲੀ ਜ਼ਿਆਦਾ ਪੈ ਰਹੀ ਹੈ ਪਾਣੀ ਪੂਣੀ ਪੀ ਲਈਏ ਮੋਟਰ ਪਰ ਤੇ ਉਸ ਤੋਂ ਬਾਅਦ ਘਰੇ ਚੱਲਦੇ ਹਾਂ ਹੱਥ ਪੈਰ ਕਾਲੇ ਹੋ ਗਏ ਜਮਾ ਆਹ ਇੱਕ ਲੈ ਕੇ ਆਏ ਹਾਂ ਪਾਲਿਸ਼ ਆਹ ਜਿਵੇਂ ਫਰਨੈਲ ਦੀ ਬੋਤਲ ਨਹੀਂ ਹੁੰਦੀ ਉਹ ਪਾਣੀ ਕਿੰਨਾ ਗੰਦਾ ਰਿਹਾ ਹਨਾ ਪਾਣੀ ਕਿੰਨਾ ਗੰਦਾ ਰਿਹਾ ਨਹਾਉਣਾ ਤਾਂ ਨਹੀਂ ਸਾਬਣੇ ਘੋਲ ਗਿਆ ਕੋਈ ਪਤੰਤਰ ਲੋ ਜੀ ਕਹਿੰਦੇ ਮਿੱਤਰੋ ਸ਼ਾਮ ਨੂੰ ਕਰ ਰਹੇ ਹਾਂ ਵੀਡੀਓ ਸ਼ੂਟ ਲੱਗਿਆ ਬਾਈ ਚੌੜਾ ਕਰਕੇ ਕੈਮਰਾ ਕਿਹਦੀ ਸ਼ੂਟ ਕਰ ਰਿਹਾ ਤੂੰ ਗੱਡੀਆਂ ਦੀ ਸ਼ੂਟ ਕਰ ਰਿਹਾ ਅੱਛਾ ਬੁਲਟ ਦੀ ਕਰ ਰਿਹਾ ਠੀਕ ਹੈ ਉਹ ਤੂੰ ਰੇ ਖੜਾ ਕਿਆ ਕਰਦਾ ਏ ਤੇਰੇ ਵਿਆਹ ਵਾਲੀ ਜਾਨੂ ਰੇ ਫਿਰਦੀ ਹੈ ਹੈ ਫੌਜੀ ਬੈਂਡੂ ਰੇ ਫਿਰਦਾ ਕਿਆ ਕਰਦਾ ਉਰੇ ਖੜਾ ਤੂੰ ਉਹ ਬਾਈ ਮੈਂ ਇਹਨੂੰ ਕਹਿ ਰਿਹਾ ਤੇਰੇ ਉਹ ਵਿਆਹ ਵਾਲੇ ਫੌਜੀ ਬੈਂਡੂ ਰੇ ਫਿਰਦੇ ਤੂੰ ਰੇ ਕਿਆ ਕਰਦਾ ਖੜਾ ਦੇਖ ਰਹੇ ਮੈਨੂੰ ਕਦੇ ਖੜੇ ਵੀ ਕੈਮਰਾਮੈਨ ਤਾਂ ਖੜਾ ਹੋਰ ਕਿਆ ਵਿਆਹ ਹੋ ਗਿਆ ਦੇਖ ਉਹ ਵਿਆਹ ਵਾਲਿਆ ਤਿਆਰ ਤਾਂ ਹੋਇਆ ਜਾ ਕੇ ਲੇਟ ਹੋ ਗਿਆ ਤੂੰ ਜਾ ਕਰ ਮੇਰੀ ਉਹ ਮੇਰੀ ਗੱਲ ਸੁਣੇ ਇਹਨਾਂ ਨਾਲੇ ਬਹਿ ਜਾ ਕੇ ਕਹਿੰਦੇ ਟੈਸਟ ਕਰਨ ਲੱਗੇ ਵੀ ਜਿਹੜਾ ਪੈਪ ਜਿਹਾ ਪਵਾਇਆ ਇਹ ਹੈ ਕਾਮਯਾਬ ਕਿ ਨਹੀਂ ਹੈ ਕਾਮਯਾਬ ਹੈ ਕਿ ਨਹੀਂ ਉੱਧਰ ਰੀਲਾ ਲੱਗਿਆ ਬਣਾਉਣਾ ਦੇਖਦੇ ਹਾਂ ਕਿਆ ਸਵਾਦ ਆਉਂਦੇ ਆ ਜੀ ਉਹ ਕਮਾਨ ਆ ਸਿੱਧਾ ਲੈ ਕੇ ਆ ਕਮਾਨ ਦਾ ਕਾਹਨੂੰ ਹੈ ਪੂਰੇ ਘੁੰਮਣਾ ਹੀ ਨਹੀਂ ਹੈਗਾ ਮੇਰੀ ਗੱਲ ਸੁਣਾ ਉਹ ਯਾਰ ਇਹੋ ਜਿਹੇ 'ਚ ਕਮਾਈ ਦਾ ਨਹੀਂ ਹੁੰਦਾ ਠੀਕ ਹੈ ਇਹੋ ਜਿਹੇ 'ਚ ਕਮਾਈ ਦਾ ਨਹੀਂ ਹੁੰਦਾ ਸਿਰਫ ਸਿੱਧਾ ਲੈ ਕੇ ਜਾਓ ਸਿੱਧਾ ਲੈ ਕੇ ਚਲ ਨਾ ਉਹ ਨਹੀਂ ਉਹ ਬਾਈ ਫੋਨ ਗੇਰਨਾ ਅਜੇ ਫੋਨ ਗੇਰਨਾ ਪਾਣੀ ਦੇ ਵਿੱਚ ਆਹਲਾ ਇੱਕ ਫੋਨ ਗੇਰਨਾ ਚੱਲ ਹਾਂ ਅੱਛਾ ਉਹ ਕਿੱਥੇ ਗਿਆ ਅੜੀ ਤੁਹਾਡਾ ਉਹ ਕਿੱਥੇ ਗਿਆ ਸਵਾਲ ਲਾਉਣ ਦੂਆ ਜਿਹੜਾ ਖਾਸਾ ਬੋਲਦਾ ਤਾ ਉਹ ਰਿਹਾ ਟੱਟੀ ਕਨ ਬੈਠਾ ਲੈ ਬੁਲਾ ਕੇ ਉਹਨੂੰ ਹੁਣ ਟੱਟੀ ਕਨ ਬੈਠਾ ਆੜੀ ਹੁਣ ਦੱਸ ਕੁਛ ਨਹੀਂ ਖਾਸਾ ਬੋਲਦਾ ਤੂੰ ਪਹਿਲਾਂ ਵੀਰੇ ਲੈ ਤੂੰ ਬੋਲਦਾ ਦੀ ਮੇਰੀ ਲੱਭੀ ਨਹੀਂ ਤੇਰੀ ਵੀਡੀਓ ਬਣਾ ਰਿਹਾ ਮੈਂ ਆ ਫੇਰ ਰਹਿੰਦੇ ਕੱਟਦਾ ਸੀ ਇੱਕ ਮਿੰਟ ਵਜਨ ਦੇਖਣਾ ਮੇਰੀ ਗੱਲ ਸੁਣ ਮੈਂ ਚੱਪਲ ਰੱਖ ਦੋ ਰੇ ਲੈ ਲਿਆ ਆਹਦੇ ਚੱਪਲ ਵੀ ਸਾਫ਼ ਹੈ ਥੱਲਿਓ ਉਹ ਯਾਰ ਹੈਪੀ ਉਰੇ ਤੇ ਸਾਫ਼ ਕੱਢੀਆਂ ਵਿੱਚ ਤੇ ਆਹ ਕੱਢੀ ਪਿੱਛੇ ਲੰਘ ਜਾ ਉਹ ਨਹੀਂ ਪਿੱਛੇ ਵੀ ਆਉਂ ਸੱਕ ਦੇਖਦੇ ਆ ਤੁਰ ਕੇ ਓਏ ਤੇ ਉਹ ਪਿੱਛੇ ਦੇ ਉਹ ਯਾਰ ਕੱਢਦੇ ਲੈ ਚੱਕ ਹੁਣ ਦੇਖੀ ਆ ਜਾ ਲੈ ਉਰੇ ਕਿਸੇ ਕੱਖ ਆ ਉੱਥੇ ਆ ਜਾ ਸਾਫ਼ ਹੈ ਆ ਲਿਆ ਫੋਨ ਵਾਹ ਅੱਛਾ ਸਾਲਾ ਕਵਰ ਹੀ ਤਾਂ ਮੋਨੀ ਫੋਨ ਇੰਨਾ ਧਨ ਜਿਗਰਾ ਕਿੱਥੋਂ ਹੈ ਚੱਲ ਮੇਰੀ ਗੱਲ ਸੁਣ ਤਾਂ ਸਹੀ ਚੱਪਲ ਖੜ ਜਾ ਮੋੜ ਦਵਾਂ ਸਾਡਾ ਚੱਪਲ ਐ ਮੋੜ ਦਈਏ ਕਹਿੰਦੇ ਕਿਸ਼ਤੀ ਬਣਾ ਲਈਏ ਭੀਗੀ ਪਲਕੋਂ ਉੱਪਰ ਫੋਨ ਹਮਾਰਾ ਹੈ ਰੱਖ ਤਾਂ ਸਹੀ ਲੈ ਲਿਆ ਫੋਨ ਕੱਢੀ ਤਾਂ ਸਹੀ ਕਵਰ ਪਾ ਉਹ ਯਾਰ ਹੈਪੀ ਮੰਨ ਕੇ ਦੇ ਤਾਂ ਸਹੀ ਇੱਕ ਮਿੰਟ ਉਹ ਯਾਰ ਰੱਖ ਤਾਂ ਸਹੀ ਉਹ ਆਦੇ ਖੈ ਕਰਕੇ ਨੀ ਐ ਜਾਣਾ ਬਸ ਉੱਪਰ ਆਦੇ ਫੋਨ ਰੱਖਣਾ ਜਾਂਦਾ ਨੀ ਬਾਈ ਕੁਛ ਨੀ ਹੁੰਦਾ ਮੈਂ ਆਪਣਾ ਪਹਿਲਾਂ ਫੋਨ ਰੱਖਿਆ ਇਹ ਆ
ਆ ਕਰ ਲੈ ਆਪ ਕਵਰ ਪਾ ਲੈ ਕਵਰ ਪਾ ਲੈ ਕੈਮਰਾ ਆਨ ਕਰ ਦੇ ਸ਼ਰਤ ਰੱਖ ਕੇ ਦੇਖ ਜੇ ਮਾੜਾ ਇੱਕ ਮਿੰਟ ਰੱਖ ਨਾ ਨਾ ਚੱਪਾ ਰੱਖ ਪਹਿਲਾਂ ਫੋਨ ਰੱਖ ਰੱਖ ਤਾਂ ਛੱਡ ਦੇ ਇੰਨਾ ਵਜਨ ਕਾ ਨੂੰ ਤੇਰੇ ਚੱਲਣ ਦੇ ਚੱਲਣ ਦੇ रख दे नहीं गिरदा ए सेट है ओके हुण जमी चकला चप्पल डुबन लग गई तेरा फोन किथे है बड़े पंप मार रहे उपर खड़ा उपर खड़ा बड़े पंप मार रहे क्या बन रहा भेज दी चल कोई नहीं जी मित्रों अज का व्लॉग इतने एंड करते हैं जो व्लॉग वधिया लगे तो चैनल सबसक्राइब जरूर कर लियो बाकी वीडियो लाइक कमेंट शेयर जरूर कर दियो बाकी मिलते हैं मित्रों किसी अगले घंटे के व्लॉग में टिल दिन बाय हथियार मारना रह गया है ना एक मिनट